ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਉਹ ਤੁਹਾਡੇ ਬੋਰਡ ਲੱਗਾ ਹੈਗਾ ਬਾਹਰ, ਕਹਿੰਦੇ ਮੁੰਡਿਆਂ ਦੀ ਲੋੜ ਹੈ ਕੰਮ ਵਾਸਤੇ। ਲੋੜ ਤਾਂ ਹੈਗੀ ਆ। ਹਾਂਜੀ ਹਾਂਜੀ। ਚਲੋ ਬੈਠੋ, ਕਰਦੇ ਗੱਲ। ਪਹਿਲਾਂ ਕੀਤਾ ਕੰਮ ਕਿਤੇ? ਨਹੀਂ ਭਾਜੀ, ਪਹਿਲੀ ਵਾਰੀ ਆ। ਫਰੈਸ਼ਰ? ਫਰੈਸ਼ਰ ਜੀ। ਹਾਂਜੀ ਹਾਂਜੀ। ਪੜ੍ਹੇ ਕਿੰਨਾ ਹੈ? ਭਾਜੀ 12 ਕੀਤੀਆਂ। ਦੋਵਾਂ ਨੇ? ਹਾਂਜੀ ਹਾਂਜੀ। ਅਤੇ ਕੰਮ ਵੀ ਦੋਵਾਂ ਨੇ ਕਰਨਾ ਵਾ? ਹਾਂਜੀ ਹਾਂਜੀ, ਦੋਵਾਂ ਨੇ ਕਰਨਾ। ਠੀਕ ਆ। ਚਲੋ ਫਿਰ 15 ਦਿਨ ਪਹਿਲਾਂ ਕਰੋ ਕੰਮ। ਹਾਂਜੀ ਹਾਂਜੀ। ਫਿਰ ਵੇਖਦੇ ਆ ਤੁਹਾਡਾ, ਫਿਰ ਆਪਾਂ ਪੈਸਿਆਂ ਦਾ ਵੀ ਕਰ ਲਾਂਗੇ ਹਿਸਾਬ ਤਾਂ। ਕਿੱਦਾਂ? ਕੋਈ ਗੱਲ ਨਹੀਂ। ਠੀਕ ਆ ਠੀਕ ਆ ਜੀ। ਤਾਂ ਕਿੱਦਾਂ ਅੱਜ ਤੋਂ ਕਰਨਾ ਹੈ? ਹਾਂਜੀ ਹਾਂਜੀ, ਕੋਈ ਗੱਲ ਨਹੀਂ, ਕਰ ਲਾਂਗੇ। ਚਲੋ ਫਿਰ ਆਓ, ਸਮਾਨ ਰੱਖੋ, ਫਿਰ ਆਜੋ। ਉਹ ਮੁੰਡਿਓ, ਮੁੰਡਿਓ। ਹਾਂਜੀ ਹਾਂਜੀ ਭਾਈ। ਹਾਂ ਵੀ ਮੁੰਡਿਓ, ਕੰਮ ਤਾਂ ਤੁਹਾਡਾ ਵਧੀਆ ਲੱਗਾ। ਠੀਕ ਹੈ ਜੀ। ਠੀਕ ਆ। ਅਤੇ ਤਨਖਾਹ ਤੁਹਾਨੂੰ ਮੈਂ ਦੋਵਾਂ ਨੂੰ ਦਿਆ ਕਰੂੰਗਾ 12,000 ਰੁਪਇਆ। ਠੀਕ ਹੈ ਭਾਈ। ਠੀਕ ਆ। ਅਤੇ ਮਹੀਨੇ ਛੁੱਟੀ ਇੱਕ। ਠੀਕ ਹੈ ਭਾਈ। 8 ਤੋਂ 8 ਟਾਈਮ। ਤਾਂ ਫੋਨ ਆਪਣੇ ਘਰੋਂ ਲਿਆਉਣੇ ਨਹੀਂ ਗੇ, ਜੇ ਲਿਆਉਣੇ ਆ ਤਾਂ ਔਲ ਓਕਰ ਆ, ਔਰ ਚ ਰੱਖਣੇ ਆ। ਠੀਕ ਹੈ ਭਾਈ। ਇੱਥੇ ਫੋਨ ਕਿਸੇ ਨੇ ਨਹੀਂ ਵਰਤਣਾ। ਓਕੇ ਭਾਈ। ਠੀਕ ਆ। ਹਾਂਜੀ। ਚਲੋ ਕਰੋ ਕੰਮ ਜਾ ਕੇ। ਲੈ ਓਏ, 12,000 ਰੁਪਇਆ ਮਿਲਣਾ ਹੀ ਗੁਰੂਆ, ਮੈਂ ਤਾਂ 2-3 ਮਹੀਨੇ ਕੰਮ ਕਰਕੇ ਤੇ ਜੋੜਨੇ ਹੀ ਆ, ਮੋਟਰਸਾਈਕਲ ਲੈਣਾ ਮੈਂ, ਮੈਨੂੰ ਤਾਂ ਬੜੀ ਤੰਗੀ ਗੁਰੂਆ ਮੋਟਰਸਾਈਕਲ ਤੋਂ। ਵਧੀਆ ਨਾਲ 12,000 ਰੁਪਇਆ ਬਹੁਤ ਵਧੀਆ ਤਨਖਾਹ ਮਿਲ ਜਾਣੀ ਆ, ਤੇ ਤੂੰ ਕਰਨਾ ਹੀ ਭਰਾਵਾ। ਮੈਂ ਤਾਂ ਪੈਸੇ ਪੂਏ ਇਕੱਠੇ ਕਰਕੇ ਤੇ ਕਰਜ਼ਾ ਲਾਉਣਾ ਹੀ। ਅੱਛਾ, ਕਰਜ਼ਾ ਵੀ ਰਹਿੰਦਾ ਹੋਣਾ ਲਾਉਣ ਵਾਲਾ ਕੇ। ਚਲੋ ਵਧੀਆ ਗੱਲ ਵਾ, ਕੰਮ ਚੰਗਾ ਨਾਲੇ ਸੌਖਾ, ਅੰਦਰੇ ਅੰਦਰ ਕੰਮ, ਕੋਈ ਟੈਨਸ਼ਨ ਨਹੀਂ ਕਿ ਕੰਮ ਨਾਲੇ ਵਧੀਆ, ਮਾਲਕ ਵੀ ਚੰਗੇ ਹੈਗੇ। ਹਾਂ ਚਲੋ ਵਧੀਆ, ਚੱਲ ਆ ਜਾ ਕਰੀਏ। ਘੰਟੇ ਕੌਣ ਡਿਊਟੀ ਕਰੇ? ਕੰਮ ਯਾਰ ਵਧੀਆ, ਕੰਮ ਨੀ, ਕੰਮ ਤੇ ਛੱਡਣਾ ਯਾਰ, ਮੰਮੀ ਨੂੰ ਫੜਨਾ ਪੈਂਦਾ ਨਾ ਕਿਤੇ। ਅੱਛਾ ਹਾਂ, ਚੱਲ ਵੇਖ ਲਾ ਜਿੱਦਾਂ ਤੈਨੂੰ ਸਹੀ ਲੱਗਦਾ ਕਰ ਲਾ ਵੀਰ, ਹੁਣ ਕੀ ਕਰ ਸਕਦੇ? ਮੈਂ ਆਹ ਮਹੀਨੇ ਤਨਖਾਹ ਲੈ ਕੇ ਤੇ ਛੱਡ ਦੇਣਾ। ਚੱਲ ਵੇਖ ਲਾ ਜਿੱਦਾਂ ਤੇਰਾ ਸਰਦਾ ਵੀਰ, ਹੁਣ ਮੈਂ ਕਰ ਸਕਦਾ ਜਿੱਦਾਂ, ਹੁਣ ਮੈਨੂੰ ਤਾਂ ਸਹੀ ਆ। ਓਏ ਤਨਖਾਹ ਲਈ ਜਾਈ ਆਪਣੀ। ਭਾਅ ਜੀ ਇਹ ਤਾਂ 6,000 ਤੇ 6,000 ਹੀ ਦੇਣਾ।
ਨਹੀਂ ਭਾਅ ਜੀ 12,000 ਦੀ ਗੱਲ ਹੋਈ ਸੀ, 12,000 ਰੁਪਏ ਦੀ ਗੱਲ ਹੋਈ ਸੀਗੀ ਆਪਣੀ। ਅਤੇ 12,000 ਤੁਹਾਡੇ ਦੋਵਾਂ ਦਾ? ਨਹੀਂ ਨਹੀਂ ਭਾਅ ਜੀ, ਤੁਸੀਂ 12,000 ਮੈਨੂੰ ਕਿਹਾ ਸੀਗਾ ਕਿ 12,000 ਰੁਪਈਆ ਤੁਹਾਨੂੰ ਤਨਖਾਹ ਮਿਲੂਗੀ। ਮੇਰਾ ਤੁਸੀਂ ਦੋ ਜਣੇ ਹੀ, ਤੁਹਾਨੂੰ 12,000 ਦੋਵਾਂ ਜਣਿਆਂ ਦਾ ਕਿਹਾ ਸੀ 6,000 ਦਾ। ਭਾਅ ਜੀ ਤੁਸੀਂ ਇੱਦਾਂ ਇੱਦਾਂ ਇਕੱਲੇ ਇਕੱਲੇ ਦਾ ਥੋੜ੍ਹੀ ਨਾ ਦੱਸਿਆ, ਤੁਸੀਂ ਕਿਹਾ ਸੀਗਾ ਕਿ 12,000 ਤਨਖਾਹ ਮਿਲੂਗੀ, ਮੈਂ ਤਾਂ ਉਸ ਹਿਸਾਬ ਨਾਲ ਕੰਮ ਕਰਿਆ। ਤੂੰ ਸਿਆਣਾ, ਤੈਨੂੰ 12,000 ਕਿਹਾ ਤੇ ਦੋਵਾਂ ਦਾ 6,000 ਹੀ ਹੋਊਗਾ, ਤੇਰਾ ਇਕੱਲੇ ਦਾ 12,000 ਕਿੱਦਾਂ ਹੋਜੂਗਾ? ਉਹ ਨਹੀਂ ਭਾਅ ਜੀ, ਹੁਣ ਤੁਸੀਂ ਆਪਣੀ ਗੱਲ ਤੋਂ ਮੁੱਕਣ ਦੇ, ਪਹਿਲਾਂ ਤੁਸੀਂ ਦੋ ਹੀ ਹੁਣ ਕੀ ਗੱਲ ਕਰਨ ਦੇ ਆ? ਮੈਂ ਆਪਣੀ ਗੱਲ ਤੇ ਹੀ ਆ। ਨਹੀਂ ਨਹੀਂ ਭਾਅ ਜੀ, ਇੱਦਾਂ ਥੋੜ੍ਹੀ ਆਹ ਕੀ ਗੱਲ ਹੋਈ, 6,000 ਰੁਪਈਆ ਤੁਸੀਂ ਮੇਰੇ ਹੱਥੇ ਰੱਖਤਾ ਵਾ ਯਾਰ। ਤੇਰੇ ਸਾਹਮਣੇ ਬਹਿ ਕੇ ਤੈਨੂੰ 12,000 ਕਿਹਾ ਤੇ ਇਕੱਲੇ ਦਾ 12,000 ਕਹਿ ਕੇ ਦੋਵਾਂ ਦਾ ਕਿਹਾ ਸੀ? ਭਾਅ ਜੀ ਤੁਸੀਂ ਕਿਹਾ ਸੀ 12,000। ਭਾਅ ਜੀ ਜੇ ਇਹ ਗੱਲ ਆ ਨਾ, ਤੇ ਆਪ ਲਓ ਪੈਸੇ, ਮੈਨੂੰ ਨਹੀਂ ਚਾਹੀਦੇ ਤੁਹਾਡੇ ਪੈਸੇ, ਮੈਂ ਚੱਲਿਆ ਕੰਮ ਕਰ। ਤੁਸੀਂ ਤੇ ਕੋਈ ਜ਼ਬਾਨ ਹੀ ਹੈ ਨਹੀਂ ਤੁਹਾਡੀ ਭਾਅ ਜੀ। ਵੇਖ ਮੀਰ ਮੇਰਾ, ਕੰਮ ਕਰਨਾ ਕਰ, ਨਹੀਂ ਕਰਨਾ ਤੂੰ ਨਾ ਕਰ, ਠੀਕ ਆ? ਆਹ ਤੇਰੇ ਮਹੀਨੇ ਦੇ ਜਿਹੜੇ ਬਣਦੇ ਆ ਨਾ, ਇਹ ਤੂੰ ਲੈ ਜਾ। ਮੈਂ 12,000 ਦੋਵਾਂ ਦਾ ਕਿਹਾ ਸੀ ਤੇ ਦੋਵਾਂ ਨੂੰ 12,000 ਮਤਲਬ 6,000, ਉਹ ਨਹੀਂ ਆਇਆ ਤੇਰੇ ਮਹੀਨੇ ਦੀ ਬਣੀ 6,000 ਤੈਨੂੰ ਦੇਤੀ, ਖੜਨੇ ਖੜ ਨਹੀਂ ਖੜਨੇ ਤੇਰੀ ਮਰਜ਼ੀ ਹੈ ਭਾਈ, ਤੁਹਾਡੀ ਕਾਹਦੀ ਜ਼ਬਾਨ ਆ, ਤੁਸੀਂ ਬੰਦੇ ਆ। ਆਪਣੀ ਮਰਜ਼ੀ ਦਾ ਕੋਈ ਕੰਮ ਨਹੀਂ ਕਰਦਾ? ਨਹੀਂ ਨਹੀਂ, ਜਿੱਦਾਂ ਉਹ ਕਹਿੰਦੇ ਕਿ ਸਟੋਰ ਵਾਲੇ ਉਦਾਂ ਕਰ ਦੇਈਦਾ ਹੈਗਾ ਆਪਾਂ। ਕੀ ਤਨਖਾਹ ਮਿਲਦੀ ਹੈ ਉੱਥੇ? ਉਹ ਦਿੰਦੇ ਕੋਈ 8,000 ਰੁਪਈਆ ਦਿੰਦੇ ਸੀਗੇ। ਡਿਊਟੀ ਕਿੰਨੇ ਘੰਟੇ ਸੀ? ਡਿਊਟੀ ਹੈਗੀ ਸੀ 12 ਘੰਟਿਆਂ ਦੀ, 8 ਤੋਂ 8 ਤੱਕ ਦੀ ਹੈਗੀ ਸੀ। ਚਲੋ ਠੀਕ ਆ। ਹਾਂਜੀ ਹਾਂਜੀ, ਤਾਂ ਡਿਊਟੀ ਰਾਈਟ ਟਾਈਮ ਆਉਣਾ ਪਊਗਾ। ਠੀਕ ਹੈ ਜੀ, ਠੀਕ ਹੈ। ਹਾਂਜੀ, ਤਾਂ ਠੀਕ, ਤੁਹਾਨੂੰ ਅਸੀਂ 8,000 ਦੇ ਦਾਂਗੇ। ਠੀਕ ਹੈ ਜੀ, ਪਰ ਕੰਮ ਸਹੀ ਤਰੀਕੇ ਨਾਲ ਕਰਨਾ। ਹਾਂਜੀ ਹਾਂਜੀ ਅੰਕਲ ਜੀ, ਜੋ ਕੋਈ ਨੁਕਸਾਨ ਹੁੰਦਾ ਉਹ ਤੁਹਾਡੇ ਖਾਤੇ ਪਏਗਾ। ਠੀਕ ਹੈ ਅੰਕਲ, ਠੀਕ ਹੈ। ਜਾਂ ਉਹਦਾ ਮੁੰਡਾ ਕੰਮ ਕਰਨ ਡਿਆ ਵਾ, ਉਹਨੂੰ ਜਾ ਕੇ ਮਿਲ ਲਓ, ਤੁਹਾਨੂੰ ਸਮਝਾ ਦੇਗਾ ਉਹ। ਠੀਕ ਹੈ, ਠੀਕ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਰਦੇ ਕੰਮ ਇੱਥੇ? ਹਾਂਜੀ ਹਾਂਜੀ, ਮੈਂ ਹੀ ਕਰਦਾ। ਦੱਸੋ, ਮੈਨੂੰ ਅੰਕਲ ਨੇ ਭੇਜਿਆ ਸੀਗਾ ਨਵਾਂ ਹੀ ਮੈਂ ਕੰਮ 'ਤੇ, ਕਹਿੰਦੇ ਉੱਥੇ ਪਿੱਛੇ ਮੁੰਡਾ ਉਹਨੂੰ ਮਿਲਣਾ ਜਾ ਕੇ। ਅੱਛਾ, ਤੁਸੀਂ ਕੰਮ ਕਰਨ ਆਏ ਜੀ ਇੱਥੇ? ਹਾਂਜੀ ਹਾਂਜੀ ਭਾਅ ਜੀ। ਠੀਕ ਆ, ਠੀਕ ਆ। ਹਾਂਜੀ, ਕੰਮ ਲਿਆਉਣਾ ਉਧਰੋਂ ਸਮਾਨ ਬਸ ਆਇਆ ਵਾ, ਜਿਹੜਾ ਉਹ ਰੈਕ ਦੇ ਵਿੱਚ ਲਾਉਣਾ। ਠੀਕ ਠੀਕ ਭਾਅ ਜੀ, ਅਤੇ ਮੈਂ ਆਹ ਲਾ ਲਾ, ਕੋਈ ਨਹੀਂ, ਚੱਲਦੇ ਹਾਂ ਆਪਾਂ ਇਕੱਠੇ ਲੈ ਕੇ ਆਉਂਦੇ ਹਾਂ ਉਧਰੋਂ। ਹਾਂਜੀ ਹਾਂਜੀ, ਅਤੇ ਕੀਤਾ ਕਿਤੇ ਕੰਮ ਤੁਸੀਂ ਪਹਿਲਾਂ ਵੀ ਕਿਤੇ? ਹਾਂਜੀ ਭਾਅ ਜੀ, ਕੀਤਾ ਸੀਗਾ, ਇੱਥੇ ਰਹੀਏ ਸਟੋਰ ਸੀਗਾ, ਉੱਥੇ ਕਰਦਾ ਨਾਈ ਦਾ ਕੰਮ ਮੈਂ। ਅੱਛਾ, ਹਾਂਜੀ। ਕਿੰਨਾ ਕੁ ਚਿਰ ਕੀਤਾ? ਕੀਤਾ ਕੋਈ ਲਗਭਗ ਸਾਲ ਕੰਮ ਕੀਤਾ ਉੱਥੇ। ਠੀਕ ਆ, ਠੀਕ। ਹਾਂਜੀ ਹਾਂਜੀ, ਚਲੋ ਵਧੀਆ ਫਿਰ ਤੇ। ਅਤੇ ਉੱਥੋਂ ਛੱਡ ਕੇ ਦਿੱਤਾ ਫਿਰ ਕੰਮ? ਕੁਛ ਨਹੀਂ ਭਾਅ ਜੀ, ਲੰਮੀ ਸਟੋਰੀ ਆ, ਕੋਈ ਨਹੀਂ ਦੱਸਾਂਗੇ ਤੇ ਫਿਰ। ਅੱਛਾ, ਹਾਂਜੀ ਹਾਂਜੀ, ਠੀਕ ਹੈ। ਲੰਮੀ ਗੱਲਬਾਤ ਹੋ ਗਈ। ਚਲੋ ਲਾਓ ਫਿਰ, ਆ ਲਾ ਦਿਓ ਥੋੜ੍ਹਾ ਜਿਹਾ ਸਮਾਨ, ਫਿਰ ਚੱਲਦੇ ਹਾਂ ਆਪਾਂ ਉੱਧਰੋਂ ਲੈ ਕੇ। ਚਲੋ ਚਲੋ। ਅੱਛਾ, ਹੁਣ ਦੱਸੋ ਫਿਰ ਕੀ ਗੱਲ ਹੋਈ, ਤੁਸੀਂ ਆਉਂਦੇ ਕੱਲ੍ਹ ਦੱਸਦਾ ਗੱਲ, ਕੀ ਚੱਕਰ ਬਣਿਆ ਤੁਹਾਡਾ ਫਿਰ ਪਹਿਲੇ ਸਟੋਰ ਵਾਲਿਆਂ ਦੇ ਨਾਲ? ਕੋਈ ਨਹੀਂ ਭਾਅ ਜੀ, ਮੈਂ ਸੀਗਾ ਅਤੇ ਨਾਲ ਮੁੰਡਾ ਸੀਗਾ ਪਿੰਡ ਦਾ, ਅਤੇ ਦੋਵੇਂ ਇੱਦਾਂ ਕੰਮ ਚੱਲ ਗਏ, ਕੰਮ ਮੰਗਣ। ਅੱਛਾ, ਅਤੇ ਜਿੱਦਣ ਪਹਿਲੇ ਦਿਨ ਕੰਮ ਮੰਗਣ ਗਏ ਹਾਂ, ਅਤੇ ਉੱਦਣ ਗੱਲ ਤਨਖਾਹ ਦੀ ਹੋਈ, ਅਤੇ ਕਹਿੰਦੇ ਜੀ 12,000 ਰੁਪਈਆ ਦੇਵਾਂਗੇ। ਅੱਛਾ, ਠੀਕ ਆ ਜੀ। ਅਤੇ ਜਦੋਂ ਗੱਲ ਆਈ ਤਨਖਾਹ 'ਤੇ, ਅਤੇ ਉਦੋਂ ਬਾਅਦ 'ਚ ਕਹੀ ਜਾਂਦੇ ਜੀ, ਉਦੋਂ ਬਾਅਦ 'ਚ ਇਹਨਾਂ ਨੇ 6,000 ਰੁਪਈਆ ਹੱਥ 'ਤੇ ਰੱਖਤਾ। ਅੱਛਾ, ਆਹੋ ਭਾਅ ਜੀ, ਬੰਦੇ ਬਹੁਤ ਗਲਤ ਨਿਕਲੇ। 6,000 ਰੁਪਈਆ ਜਦੋਂ ਪਹਿਲਾਂ 12,000 ਦੀ ਗੱਲ ਹੋਈ, ਤਾਂ ਫਿਰ 6,000 ਰੁਪਈਆ ਇਹਨਾਂ ਨੇ ਹੱਥ 'ਤੇ ਰੱਖਤਾ, ਫਿਰ ਗੱਲਬਾਤ ਹੋਣੀ ਹੈ, ਲੜਾਈ ਤਾਂ ਹੋਣੀ ਹੈਗੀ, ਇਸੇ ਕਰਕੇ ਫਿਰ ਮੈਂ ਉੱਥੋਂ ਕੰਮ ਛੱਡ ਆਇਆ, ਫਿਰ 12 ਨਹੀਂ ਖਾਣ ਲਿਆ। ਨਹੀਂ, ਤੁਹਾਨੂੰ ਦੋਵਾਂ ਜਾਣਿਆਂ ਦੇ ਨਾਲ 12,000 ਕੀਤਾ, ਅਤੇ ਪਹਿਲੇ ਮਹੀਨੇ 12,000 ਦਿੱਤਾ। ਹਾਂਜੀ, ਅਤੇ ਦੂਜੇ ਮਹੀਨੇ ਉਹ ਦੂਸਰਾ ਮੁੰਡਾ ਜਿਹੜਾ ਨਾਲੋਂ ਕੰਮ ਕਰਨੋਂ ਹਟ ਗਿਆ। ਹਾਂਜੀ, ਅਤੇ 6,000 ਦਿੱਤਾ। ਹਾਂਜੀ, ਅਤੇ ਭਾਅ ਜੀ ਇਸ ਵਿੱਚ ਗਲਤ ਕੀ ਆ? ਨਹੀਂ ਭਾਅ ਜੀ, ਜਦੋਂ ਗੱਲ ਹੀ 12,000 ਦੀ ਹੋਈ ਤਾਂ ਫਿਰ 12,000 ਹੀ ਦੇਣਾ। ਨਹੀਂ ਯਾਰ, ਮੈਨੂੰ ਤੁਹਾਡੀ ਸਮਝ ਨਹੀਂ ਲੱਗਣ ਡੀ ਵੀ ਤੁਸੀਂ ਕਿੱਦਾਂ ਦੀ ਸੋਚਦੇ ਮਾਲਕ ਜੇ। ਤੁਸੀਂ ਦੋਵੇਂ ਦੋਸਤ ਉੱਥੇ ਗਏ, ਹਾਂਜੀ, ਅਤੇ ਤੁਹਾਨੂੰ ਉਹਨੇ 12,000 ਰੱਖਿਆ। ਹਾਂਜੀ, ਅਤੇ ਜਦੋਂ ਉਹਨੇ ਤੁਹਾਨੂੰ 12,000 ਰੱਖਿਆ, ਤਾਂ ਦੋਵਾਂ ਜਾਣਿਆਂ ਦਾ ਯਾਰ ਤੁਹਾਡਾ ਖੁਦ ਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਨਾ ਭਾਅ ਜੀ। ਪਰ ਉਹਨਾਂ ਨੇ ਨਿਰਣੇ ਨਾਲ ਥੋੜ੍ਹੀ ਨਾ ਕਿਹਾ ਸੀਗਾ ਵੀ ਤੁਹਾਨੂੰ 12, ਇਕੱਲੇ ਇਕੱਲੇ ਨੂੰ ਇੱਦਾਂ ਦੇਣਾ ਵਾ, ਉਹਨਾਂ ਨੇ ਕਿਹਾ ਸੀਗਾ 12,000 ਦੇਵਾਂਗੇ, ਅਤੇ 12,000 ਬਣਦਾ ਸੀਗਾ, 12,000 ਦੇਣਾ ਬਣਦਾ, ਜ਼ਬਾਨ ਦੀ ਤਾਂ ਗੱਲ ਵਾ ਭਾਅ ਜੀ। ਤੁਹਾਡਾ ਖੁਦ ਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਇੰਨਾ ਕਿਤੇ, ਕਿ ਉਹਨੇ 12,000 ਕਿਹਾ ਵਾ, ਦੋਵਾਂ ਜਾਣਿਆਂ ਨੂੰ 12 ਕਿਹਾ ਵਾ,
ਤੇ ਕੱਲੇ ਜਾਣੇ ਤਾਂ 6-6 ਹਜ਼ਾਰ ਹੀ ਬਣੇ ਆ, 6 ਉਹਦਾ ਤੇ 6 ਤੁਹਾਡਾ। ਹੈਂ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਤੁਸੀਂ ਇੱਥੇ ਤੁਹਾਨੂੰ ਕਿੰਨੀ ਤਨਖਾਹ ਮਿਲਣ ਡਈ? ਇੱਥੇ ਭਾਅ ਜੀ 8,000 ਰੁਪਈਆ ਲੱਗਦਾ। 8,000 ਲੱਗੀ ਤੁਹਾਡੇ? ਠੀਕ ਆ, ਕਾਹਦੇ ਸਿਰ 'ਤੇ ਲੱਗੀ? ਭਾਅ ਜੀ ਕਿਉਂਕਿ ਮੈਂ ਕੰਮ ਕਰਦਾ ਰਿਹਾ, ਮੈਂ ਅੱਗੇ ਸਾਲ ਇੱਕ ਕੰਮ ਕੀਤਾ, ਮੇਰੇ ਕੋਲ ਤਜਰਬਾ ਕੰਮ ਦਾ। ਸਾਲ ਇੱਕ ਦਾ ਤਜਰਬਾ ਤੁਹਾਡਾ? ਹਾਂਜੀ ਹਾਂਜੀ। ਹਾਲਾਂਕਿ ਮੈਂ ਅੰਕਲ ਨੂੰ ਇਹ ਦੱਸਦਾ ਨਹੀਂ ਹਾਂ, ਪਰ ਤੁਹਾਡਾ ਤਜਰਬਾ ਸਾਲ ਦਾ ਨਹੀਂ ਹੈਗਾ। ਜਿੱਦਾਂ ਤੁਸੀਂ ਦੱਸਣ ਡੇ, ਤੁਸੀਂ ਹੱਦ 2 ਜਾਂ 3 ਮਹੀਨੇ ਉੱਥੇ ਕੰਮ ਕੀਤਾ। ਮੈਂ ਨਹੀਂ ਅੰਕਲ ਨੂੰ ਦੱਸਦਾ ਜਾ ਕੇ, ਮੇਰਾ ਭਰੋਸਾ ਰੱਖੋ ਮੇਰੇ 'ਤੇ, ਠੀਕ ਆ। ਤੁਸੀਂ 3 ਮਹੀਨੇ ਤੋਂ ਵੱਧ ਕੰਮ ਨਹੀਂ ਕੀਤਾ ਉੱਥੇ, ਝੂਠ ਬੋਲਦੇ ਜੇ ਤੁਸੀਂ, ਠੀਕ ਆ। ਦੂਸਰੀ ਗੱਲ, ਉਸ 3 ਮਹੀਨਿਆਂ ਦੇ ਸਿਰ 'ਤੇ ਤੁਸੀਂ ਇੱਥੇ ਆਣ ਕੇ 6,000 ਤੋਂ 8,000 ਰੁਪਈਆ ਤਨਖਾਹ ਲੈਣ ਡੇ ਜੇ। ਹੈਂ ਭਾਅ ਜੀ, ਮੈਂ ਤਾਂ ਤੁਹਾਡੇ ਵਰਗਾ ਖੁਦ ਗਰਜ ਬੰਦਾ ਨਹੀਂ ਅੱਜ ਤੱਕ ਵੇਖਿਆ ਜ਼ਿੰਦਗੀ ਦੇ ਵਿੱਚ। ਉਸ ਸਿੱਖੇ ਤਜਰਬੇ ਤੋਂ ਇੱਥੇ ਤੁਸੀਂ ਚੰਗੀ ਤਨਖਾਹ ਚੁੱਕਣ ਡੇ ਜੇ, ਉਸ ਬੰਦੇ ਨੂੰ ਫਿਰ ਗਾਲਾਂ ਕੱਢਣ ਡੇ ਜੇ, ਜਦਕਿ ਗਲਤੀ ਵੀ ਤੁਹਾਡੀ। ਭਾਅ ਜੀ, ਮੇਰੀ ਮਜਬੂਰੀ ਆ ਕਿ ਮੈਨੂੰ ਇੱਥੇ ਤੁਹਾਡੇ ਨਾਲ ਕੰਮ ਕਰਨਾ ਪੈਣਾ, ਪਰ ਮੇਰਾ ਹੁਣ ਦਿਲ ਨਹੀਂ ਅੱਗੇ ਤੋਂ ਕਦੇ ਵੀ ਮੰਨੇਗਾ ਕਿ ਮੈਂ ਤੁਹਾਡੇ ਨਾਲ ਕੰਮ ਕਰਾਂ। ਤੁਸੀਂ ਨਾ ਆਪਣੇ ਕੰਮ ਵੱਲ ਹੀ ਧਿਆਨ ਦਿਆ ਕਰਿਓ, ਜ਼ਿਆਦਾ ਬਹੁਤਾ ਮੇਰੇ ਨਾਲ ਨਾ ਮਿੱਠੀਆਂ ਮਾਰਨ ਦੀ ਲੋੜ ਨਹੀਂ ਹੈਗੀ।